ਮੇਰੀ ਤੀਜੀ ਕੋਰਟ ਮੇਰੀ ਹੋਈ ਹੈ ਅਤੇ ਮਾਤਾ ਦੇ ਸਾਈਨ ਹੋਏ, ਮਾਤਾ ਦੀ ਮਰਜ਼ੀ ਨਾਲ ਹੋਈ ਹੈ। ਮਾਤਾ ਕਹਿੰਦੀ ਹੈ ਬਿਨਾਂ ਮਰਜ਼ੀ ਤੋਂ ਕਰਾਇਆ। ਆਹ ਮਾਤਾ ਦੇ ਸਾਈਨ ਹੈਗੇ ਜੀ ਇੱਥੇ, ਆਹ ਦੇਖ ਲਓ ਜੀ। ਅਤੇ ਆਹ ਮਾਤਾ ਜਿਹੜੀ ਕਹਿੰਦੀ ਮੈਨੂੰ ਕੁਝ ਦਿੰਦੇ ਨਹੀਂ ਗੇ। ਆਹ ਮਾਤਾ ਦਾ ਖੁਦ ਐਫੀਡੈਵਿਟ ਹੈ ਜੀ, 20,000 ਰੁਪਇਆ ਮਹੀਨਾ ਖਰਚਾ ਬੰਨਿਆ ਹੋਇਆ। SHO ਦੇ ਸਾਹਮਣੇ ਗੱਲ ਹੋਈ ਆ, ਆਹ ਸਾਈਨ ਮਾਤਾ ਦੇ, ਓਰੀਜਨਲ ਐਫੀਡੈਵਿਟ ਥਾਣੇ 'ਚ ਹੈ ਜੀ। ਹਰ ਮਹੀਨੇ 20,000 ਦੇ ਰਿਹਾ, ਕਹਿ ਰਹੇ ਸੀ ਮੁੰਡੇ ਕੁਝ ਦਿੰਦੇ ਨਹੀਂ। ਘਰੇਲੂ ਕਲੇਸ਼ ਦੇ ਚੱਲਦੇ 9 ਸੱਸ ਦੀ ਜ਼ਬਰਦਸਤ ਲੜਾਈ ਹੋਈ, ਜਿਸ ਮੌਕੇ ਦੋਵਾਂ ਦੀ ਝੜਪ ਹੋਈ। ਜ਼ਮੀਨ ਤੇ ਪਈਆਂ ਇਹ ਦੋਵੇਂ ਸੱਸ ਨੂੰ ਨੇ ਜੋ ਇੱਕ ਦੂਜੀ ਦੇ ਵਾਲ ਪੱਟ ਰਹੀਆਂ ਨੇ ਔਰ ਗਾਲੀ ਗਲੋਚ ਕਰਦੀਆਂ ਨਜ਼ਰ ਆ ਰਹੀਆਂ ਨੇ, ਔਰ ਕਿਸੇ ਤੀਸਰੇ ਨੇ ਇਹਨਾਂ ਦੀ ਲੜਾਈ ਆਪਣੇ ਮੋਬਾਈਲ ਫੋਨ ਦੇ ਵਿੱਚ ਕੈਦ ਕੀਤੀ। ਮਾਮਲਾ ਅੰਬੋਹਰ ਦੇ ਮਾਡਲ ਟਾਊਨ ਦਾ ਹੈ, ਜਿੱਥੇ ਪੁੱਤ ਤੇ ਨੂੰਹ ਇੱਕ ਸਾਈਡ ਨੇ, ਦੂਜੀ ਸਾਈਡ ਉਹਨਾਂ ਦੀ ਮਾਂ ਹੈ। ਇਹਨਾਂ ਦੋਵੇਂ ਧਿਰਾਂ ਦੇ ਵੱਲੋਂ ਇੱਕ ਦੂਜੇ ਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ। ਪੁੱਤ ਤੇ ਉਸਦੀ ਪਤਨੀ ਦਾ ਕਹਿਣਾ ਹੈ ਕਿ ਉਹਨਾਂ ਦੀ ਮਾਂ ਨੂੰ ਉਹਨਾਂ ਦੀਆਂ ਮਾਸੀਆਂ ਚੱਕ ਥੱਲ ਕਰਦੀਆਂ ਨੇ, ਘਰ ਦੇ ਵਿੱਚ ਕਲੇਸ਼ ਇਸ ਕਰਕੇ ਰਹਿੰਦਾ ਹੈ। ਦੂਜੇ ਪਾਸੇ ਮਾਂ ਨੇ ਆਪਣੇ ਪੁੱਤ ਤੇ ਆਪਣੀ ਨੂੰਹ ਦੇ ਖਿਲਾਫ ਰੱਜ ਕੇ ਭੜਾਸ ਕੱਢੀ, ਇਲਜ਼ਾਮ ਲਗਾਏ ਨੇ ਕਿ ਇਹਨਾਂ ਦੇ ਵੱਲੋਂ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ। ਫਿਲਹਾਲ ਇਹ ਦੋਵੇਂ ਧਿਰਾਂ ਇੱਕ ਦੂਜੇ ਦੇ ਖਿਲਾਫ ਹੋ ਚੁੱਕੀਆਂ ਨੇ। ਅੱਜ ਇਹਨਾਂ ਦੀ ਝੜਪ ਹੋਈ, 9 ਸੱਸ ਨੇ ਇੱਕ ਦੂਜੀ ਦੇ ਵਾਲ ਵੀ ਪੱਟੇ ਨੇ। ਤਾਂ ਦੱਸ ਦਈਏ ਕਿ ਕਿਸੇ ਤੀਸਰੇ ਨੇ ਮੋਬਾਈਲ ਫੋਨ ਦੇ ਵਿੱਚ ਪੂਰੀ ਵੀਡੀਓ ਕੈਦ ਕੀਤੀ। ਪੁੱਤ ਤੇ ਨੂੰਹ ਨੇ ਆਪਣੀ ਮਾਂ ਤੇ ਇਲਜ਼ਾਮ ਲਗਾਏ ਨੇ ਕਿ ਉਹ ਮਾਸੀਆਂ ਦੇ ਕਹਿਣ ਦੇ ਅਨੁਸਾਰ ਕੰਮ ਕਰਦੀ ਹੈ, ਜਿਸ ਕਰਕੇ ਘਰ ਦੇ ਵਿੱਚ ਕਲੇਸ਼ ਹੁੰਦਾ ਰਹਿੰਦਾ। ਪੂਰਾ ਮਾਮਲਾ ਜਾਇਦਾਦ ਦੇ ਨਾਲ ਜੁੜਿਆ ਹੋਇਆ ਹੈ। ਕੁੜਨੀ ਨੇ ਵੀ ਕੁੱਟਿਆ, ਦੋਹਾਂ ਪੁੱਤਰਾਂ ਨੇ ਵੀ, ਨੂੰਹ ਨੇ ਵੀ। ਕੈਫੇ ਤੇ ਹੁਣ ਖੋਲਿਆ ਇੱਥੇ ਪਰ ਨਹਿਰੂ ਪਾਰਕ, ਆਪਣੇ ਉੱਧਰ ਨਹਿਰੂ ਪਾਰਕ ਦੇ ਬੇਬੇ ਦੀ ਬੇਕਰੀ ਦੇ ਨਾਲ 5 ਵਾਰ ਜਮਾਂ ਦੀ ਸੁਣਾਈ ਕੀਤੀ। ਬਿਆਨ ਲੈ ਜਾਂਦੇ ਨੇ ਮੁੜਕੇ ਵੀ ਸੁਣੀ, ਉਹਦੇ ਕੋਲੋਂ ਪੈਸੇ ਖਾ ਲੈਂਦੇ ਨੇ। ਮੰਗਲ ਸਿੰਘ ਵੱਡਾ ਬੇਟਾ ਜੀ ਇਹਨਾਂ ਦਾ, ਸਲੈਵਰੀ ਸ਼ੁਰੂ ਤੋਂ ਸਾਡੀਆਂ ਮਾਸੀਆਂ ਸਾਡੇ ਘਰ 'ਚ ਦਖਲ ਦਿੰਦੀਆਂ, ਸਾਡਾ ਘਰ ਖਾਂਦੀਆਂ ਜੀ। ਇਹ ਹੀ ਚਾਹੁੰਦੀਆਂ ਵੀ ਹੈ ਜਿਵੇਂ ਮੇਰੇ ਪਹਿਲਾਂ 2 ਤਲਾਕ ਹੋਏ, 3ਜਾ ਤਲਾਕ ਵੀ ਹੋ ਜਾਵੇ ਅਤੇ ਸਾਰੀ ਪ੍ਰੋਪਰਟੀ ਉਹ ਹੜਪ ਕਰ ਲੈਣੀ। ਅਤੇ ਇਹ ਮਸਲਾ ਹੈ, ਸਾਨੂੰ ਇਨਸਾਫ਼ ਚਾਹੀਦਾ, ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ। ਕੱਲ੍ਹ ਇਹ ਗੱਲ ਹੋਈ ਹੈ, ਮੈਂ ਅਸੀਂ ਕਰਨੀ ਸੀਗੀ, ਮੈਂ ਘਰ ਰੋਟੀ ਖਾਣ ਆਇਆ ਜੀ ਅਤੇ ਉੱਤੇ ਆ ਕੇ ਮਾਤਾ ਅਤੇ ਮੇਰੀ ਵਾਈਫ ਦੇ ਗਲ ਪੈ ਗਈ, ਮੇਰੀ ਵਾਈਫ ਨੂੰ ਕੁੱਟਿਆ ਜੀ ਇਹਨਾਂ ਨੇ। ਉੱਤੇ ਹੀ ਮੰਗ ਕਰਦੇ, ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ, ਮੇਰੀਆਂ ਦੋਨੋਂ ਮਾਸੀਆਂ, ਉਹਨਾਂ ਦੇ ਪਰਿਵਾਰ ਸਾਰਾ ਅਤੇ ਮੇਰੀ ਮਾਤਾ 'ਤੇ ਕਾਰਵਾਈ ਹੋਵੇ ਜੀ, ਉਹਨਾਂ ਨੂੰ ਅੰਦਰ ਕਰੋ ਜੀ। ਇਹਦੇ ਨਾਲ ਧੱਕਾ ਮੁੱਕੀ ਨਹੀਂ ਹੋਈ, ਉਹਨਾਂ ਦੇ ਗਲ ਪਏ ਆ ਜੀ। ਲੇਡੀ ਪੁਲਿਸ ਆਈ ਸੀਗੀ, ਸਟਾਫ ਆਈ ਹੈ, ਉਹਨਾਂ ਨੂੰ ਅੱਗੋਂ ਗਲਤ ਲੈਂਗੁਏਜ ਵਰਤੀ ਇਹਨਾਂ ਨੇ। ਮੈਨੂੰ ਪਤਾ ਨਹੀਂ ਸਰ, ਬਸ ਆ ਕੇ ਮੈਂ ਆਈ ਆ, ਮੈਂ ਗੇਟ ਦਰਵਾਜ਼ਾ ਖੋਲ੍ਹਿਆ, ਖੜਕਾਈ ਗਈ 3-4 ਵਾਰੀ, ਮੈਂ ਖੋਲ੍ਹ ਦਿੱਤਾ ਸਰ। ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਅਤੇ ਆ ਕੇ ਸਰ ਮੇਰੇ, ਮੈਨੂੰ ਕਹਿੰਦੀ ਵੀ ਨਿਕਲ ਇੱਥੋਂ ਦੀ, ਬਹੁਤ ਗੰਦੀ ਲੈਂਗੁਏਜ ਬੋਲੀ, ਮੈਂ ਦੱਸ ਨਹੀਂ ਸਕਦੀ ਇਹਦੇ ਵਿੱਚ। ਅਤੇ ਮੈਨੂੰ ਆ ਕੇ ਗੁੱਤੋਂ ਫੜ ਲਿਆ ਅਤੇ ਮੇਰੇ ਗਲੋਂ ਚੈਨ ਲਾ ਲਈ। ਕੋਈ ਗੱਲ ਨਹੀਂ ਹੋਈ, ਕੋਈ ਕਾਰਨ ਨਹੀਂ ਹੋਇਆ, ਕੁਛ ਨਹੀਂ ਹੋਇਆ ਸਰ। ਆ ਕੇ ਮੈਨੂੰ ਕੁੱਟਿਆ ਬਹੁਤ ਜ਼ਿਆਦਾ ਮੇਰੇ, ਆਹ ਦੇਖੋ ਸਰ ਕਿੱਦਾਂ ਜ਼ਖਮ ਹੋਏ ਪਏ ਨੇ, ਮੇਰੇ ਬਾਲ ਜਿਹੜੋ ਪੱਟੇ ਉਹ ਵਿੱਚ ਪਏ ਨੇ, ਮੈਂ ਤੁਹਾਨੂੰ ਦਿਖਾ ਦਿੰਦੀ, ਮੇਰੇ ਬਾਲ ਜਿਹੜੋ ਹੀ ਲਾਤੇ ਸਰ। ਮੇਰਾ ਬਹੁਤ ਬੁਰਾ ਹਾਲ ਕੀਤਾ, ਮੇਰੀ ਮੰਮਾ ਛੁਡਾਉਣ ਨਹੀਂ ਛੱਡੀ, ਮੇਰੀ ਮੰਮਾ ਨੇ ਵੀਡੀਓ ਬਣਾ ਲਈ ਕਿ ਕੋਈ ਕਵੇ ਨਾ ਕਿ ਝੂਠ ਬੋਲਦੀ ਪਈ ਹੈ ਸਰ। ਸਰ ਮਸਲਾ ਇਹ ਹੈ ਕਿ ਜਿੱਦਾਂ 2 ਵਾਈਫ ਇੱਦਾਂ ਹੀ ਗਈਆਂ, ਉਹਨੂੰ ਵੀ ਇੱਦਾਂ ਹੀ ਕੁੱਟਦੀ ਸੀ, ਅਤੇ ਇੱਕ ਤੀਜੀ ਵੀ ਚਲੀ ਜਾਵੇ ਸਰ, ਮੈਂ ਤੀਸਰੀ ਵਾਈਫ ਹੈ ਇਹਨਾਂ ਦੀ ਸਰ। ਉਹ ਹੀ ਚਾਹੁੰਦੀ ਹੈ ਕਿ ਵੀ ਜਾਵੇ, ਅਤੇ ਜਿਹੜੀ ਪ੍ਰੋਪਰਟੀ ਆ ਉਹ ਆਪਣੀ ਭੈਣਾਂ ਨੂੰ ਖਵਾਉਣਾ ਚਾਹੁੰਦੀ ਹੈ ਸਰ।